ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਪਾਲ ਚੜ੍ਹਨੇ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਕਰਦਾ ਤੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਪੰਜਾਬ ਤੋਂ ਹੈ ਜਿੱਤੇ ਦੀ ਬਠਿੰਡਾ ਜੇਲ ਇੱਕ ਵਾਰ ਫੇਰ ਟਾਰਗੇਟ ਬਣਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਖਬਰ ਮਿਲੀ ਹੈ ਇਹ ਹੋਸ਼ ਡਾਉਣ ਵਾਲੀ ਹੈ ਸਿੱਧੂ ਮਸੇਵਾਲੇ ਮਰਡਰ ਤੋਂ ਬਾਅਦ ਇਹ ਖਬਰ ਪੂਰੇ ਪੰਜਾਬ ਵਿੱਚ دہشت ਫੁਲਾਸਾ ਦੀ ਹੈ ਤੁਹਾਨੂੰ ਦੱਸ ਦਈਏ ਕਿ ਕੌਮੀ ਏਜੰਸੀਆਂ ਨੇ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਲਰਟ ਕਰ ਦਿੱਤਾ ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਦੇਖਿਆ ਜਾਵੇ ਤਾਂ ਬਠਿੰਡਾ ਜੇਲ੍ਹ ਵਿੱਚ ਇੱਕ ਸਰਗਰਮੀਆਂ ਇਹ ਜੀਆਂ ਹੋ ਰਹੀਆਂ ਨੇ ਜੋ ਪੰਜਾਬ ਦੀ ਸ਼ਾਂਤੀ ਲਈ ਖਤਰਾ ਬਣ ਸਕਦੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਜੋ ਕੌਮੀ ਸੁਰੱਖਿਆ ਏਜੰਸੀਆਂ ਨੇ ਅਲਰਟ ਭੇਜਿਆ ਉਸ ਤੋਂ ਬਾਅਦ ਪੰਜਾਬ ਪੁਲਿਸ ਵੀ ਅਲਰਟ हो गई है ਤੁਹਾਨੂੰ ਦੱਸ ਦਿੰਨੇ ਆ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਜੇਲ੍ਹ ਬ੍ਰੇਕ ਹੋ ਸਕਦੀ ਹੈ ਇਹ ਖਬਰ ਸਭ ਤੋਂ ਵੱਡੀ ਇਸ ਲਈ ਹੈ ਕਿ ਕੌਮੀ ਏਜੰਸੀਆਂ ਨੂੰ ਖਬਰ ਮਿਲੀ ਹੈ ਕਿ ਬਟਿੰਡਾ ਜੇਲ ਫੇਰ ਬ੍ਰੇਕ ਕਰਕੇ ਜਿਹੜੇ ਅਪਰਾਧੀ ਨੇ ਵੱਡੇ ਇਨਜ਼ਾਮ ਦੇ ਸਾਧਨ ਕਿਸੇ ਵੱਡੀ ਘਟਨਾ ਨੂੰ ਤੁਹਾਨੂੰ ਦੱਸ ਦਿੰਦੇ ਨੇ ਇਹ ਖਬਰ ਆਪਣੇ ਆਪ ਵਿੱਚ ਦਹਿਸ਼ਤ ਹੈ ਪਰ ਤੁ ਇਸ ਵਿੱਚ ਜ਼ਰੂਰ ਕਈ ਰਹਸ ਮਿਲੇ ਹੋਏ ਨੇ ਆਕਰ ਕੀ ਹੈ ਇਹਦੇ ਪਿੱਛੇ ਸਾਜ਼ਿਸ਼ ਇਹ ਵੀ ਦੇਖਣਾ ਪਰੇਗਾ ਪਰੰਤੂ ਸਾਜ਼ਿਸ਼ ਹਜੇ ਇਸ ਲਈ ਗੁਪਤ ਰੱਖੀ ਗਈ ਹੈ ਕਿਉਂਕਿ ਇਹ ਸਾਜ਼ਿਸ਼ ਦਾ ਕਹਿਣਾ ਤੇ ਕਰਨਾ ਕੀ ਹੈ ਪਰੰਤੂ ਇਸ ਵਾਰੇ ਪੰਜਾਬ ਪੁਲਿਸ ਨੇ ਆਪਣੀ ਕਮਾਂਡ ਸੰਭਾਲ ਲਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕੌਮੀ ਸੁਰੱਖਿਆ ਏਜੰਸੀਆਂ ਦੇ ਗੁਪਤ ਰਪਵਾਗ ਵੱਲੋਂ ਮਿਲੀ ਜਾਣਕਾਰੀ ਹੈ ਕਿ ਬਠਿੰਡਾ ਜੇਲ੍ਹ ਵਿੱਚ ਕੋਈ ਨਾ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਨਾਲ ਪੰਜਾਬ ਦੀ ਰਾਜਨੀਤੀ ਜਾਂ ਕੋਹ ਪੰਜਾਬ ਦੀ ਅਵਸਥਾ ਜਿਹੜੀ ਸ਼ਾਂਤੀਪੂਰਕ ਵਾਲੀ ਅਵਸਥਾ ਹੈ ਉਹ ਹਿਲ ਸਕਦੀ ਹੈ ਮੇਰੀ ਜਾਣਕਾਰੀ ਅਨੁਸਾਰ ਬ੍ਰੇਕ ਹੋ ਸਕਦੀ ਹੈ ਬਟਿੰਡਾ ਜੇਲ ਬਟਿੰਡਾ ਵਿੱਚ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਲਈ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਜਿਹੜੇ ਅਪਰਾਧੀ ਨੇ ਇਹਨਾਂ ਨੂੰ ਵਰਤਣ ਵਾਸਤੇ ਇੱਥੋਂ ਭਜਾਇਆ ਜਾ ਸਕਦਾ ਹੈ ਫਿਲਹਾਲ ਮਿਲੀ ਜਾਣਕਾਰੀ ਅਨੁਸਾਰ ਇਸ ਪਿੱਛੇ ਪਾਕਿਸਤਾਨ ਦੇ ਆਈਐਸਆਈ ਦਾ ਹੱਥ ਹੋਣਾ ਵੀ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਿਆਂ ਕੌਮੀ ਸੁਰੱਖਿਆ ਏਜੰਸੀਆਂ ਵੱਲੋਂ ਇੱਕ ਮਿਲੀ ਖਬਰ ਹੈ ਕਿ ਇਹ ਇਸ ਸਮੇਂ ਵੱਡੀ ਸਾਜ਼ਿਸ਼ ਬਠਿੰਡਾ ਜੇਲ੍ਹ ਵਿੱਚ ਰਚੀ ਜਾ ਰਹੀ ਹੈ ਹੁਣ ਦੇਖਦੇ ਹਾਂ ਕਿ ਇਹ ਸਾਜ਼ਿਸ਼ ਨੂੰ ਬੇਨਕਾਬ ਕਿਵੇਂ ਕਰਦਾ ਹੈ ਸਿਸਟਮ ਤੇ ਇਸ ਸਵਾਲ ਨਾਲ ਮੈਨੂੰ ਦਿਓ ਜਿਆਦਾ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ